ਦੀਵਾਰ ਕਿਵੇਂ ਬਣੀ ਹੇਠ ਨੀ ਪੱਕੀ ਹੋਵੇ ਫਿਰ ਉੱਤੇ ਦੀਵਾਰ ਚਿਣੀ ਜਾਏ ਮਕਾਨ ਖੜਾ ਹੁੰਦਾ ਆਖਿਆ ਸ਼ਬਦ ਤੇ ਸੁਰ ਜਿਨ ਸ਼ਬਦ ਸੁਰਤ ਕੀ ਨੀਂਹ ਰਖਾਏ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਨੀਂਹ ਰੱਖੀ ਹੈ ਸ਼ਬਦ ਤੇ ਸੁਰਤ ਨੂੰ ਜੋੜਿਆ ਸ਼ਬਦ ਸੁਰਤ ਦੇ ਮੇਲ ਨੂੰ ਸਿਖਾਇਆ ਹੈ ਆਖਿਆ ਸੁਰਤ ਵਿੱਚ ਸ਼ਬਦ ਵਸਾਓ ਉਠਤ ਬੈਠਤ ਸੋਵਤ ਨਾਮ ਇਹ ਨਿਸ ਬਣੀ ਦਿਨ ਰਾਤ ਇਹ ਬਣੀ ਰਹੇ ਇਹ ਲੱਗੀ ਰਹੇ ਇਹ ਮਨ ਪੀਂਦਾ ਰਹੇ ਪੀਣ ਵਾਲੇ ਬਸ ਨਹੀਂ ਕਰਦੇ ਉਹਨਾਂ ਦੀਆਂ ਜੇਬਾਂ ਬਸ ਕਰ ਜਾਂਦੀਆਂ ਜੇਬ ਖਾਲੀ ਹੋ ਜਾਂਦੀ ਹੈ ਮਜਬੂਰ ਹੋ ਜਾਂਦੇ ਹਨ ਵਿਚਾਰੇ ਵੀ ਹੁਣ ਬਸ ਕਰੋ ਪਰ ਜੇ ਕੋਈ ਇਹ ਰਸ ਪੀਣ ਲੱਗ ਪਵੇ ਉਸਦੀ ਜੇਬ ਕਦੇ ਖਾਲੀ ਨਹੀਂ ਹੁੰਦੀ ਸਦਾ ਭਰਪੂਰ ਰਹਿੰਦੀ ਆ ਉਸਨੂੰ ਲੋਟਾ ਆਉਂਦਾ ਹੀ ਨਹੀਂ ਸਹਿਵਾਗ ਦਿਨ ਇਹ ਨਿਸ ਬਣੀ ਦਿਨ ਰਾਤ ਬਣੀ ਰਹੀ ਬਣੀ ਰਹੇ ਬਣੀ ਰਹਿੰਦੀ ਇਹ ਨਿਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਿਆ ਅਨਾਹਦ ਸ਼ਬਦ ਕਿ ਕੰਨਾਂ ਵਿੱਚ ਉਂਗਲੀਆਂ ਦੇ ਕੇ ਸ਼ਬਦ ਸੁਣਦੇ ਹਨ ਬਈ ਅੰਦਰੋਂ ਆਵਾਜ਼ ਆ ਰਹੀ ਹੈ ਇਹ ਤਾਂ ਦੇਹੀ ਮਾਟੀ ਬੋਲੇ ਪਾਉਣ ਇਹ ਤਾਂ ਪਵਨ ਬੋਲਦੀ ਹੈ ਹਵਾ ਬੋਲ ਰਹੀ ਹੈ ਆ ਛੋਟੀ ਪਤਲੀ ਨੂੰ ਜਰਾ ਕੁ ਇਹ ਜ਼ੋਰ ਨਾਲ ਮਾਰੋ ਨਾ ਅਤੇ ਫਿਰ ਵਿੱਚੋਂ ਆਵਾਜ਼ ਆਉਂਦੀ ਹੈ ਉਹ ਕਿਉਂ ਆਉਂਦੀ ਹੈ ਉਹ ਹਵਾ ਦੀ ਆਵਾਜ਼ ਹੈ ਆ ਫੂਕ ਜ਼ੋਰ ਦੀ ਮਾਰੋ ਆਵਾਜ਼ ਆਏਗੀ ਇਹ ਹਵਾ ਦੀ ਆਵਾਜ਼ ਹੈ ਇਸੇ ਤਰ੍ਹਾਂ ਜੇ ਕੰਨ ਬੰਦ ਕਰਕੇ ਆਖੇ ਮੈਂ ਸ਼ਬਦ ਸੁਣਾ ਇਹ ਸ਼ਬਦ ਪਾਉਣ ਦਾ ਹੈ ਇਹ ਉਹ ਅਸਲ ਸ਼ਬਦ ਨਹੀਂ ਅਨਾਦ ਸ਼ਬਦ ਨਹੀਂ ਅਨਾਦ ਸ਼ਬਦ ਹੈ ਸਵਾਸਾਂ ਵਿੱਚ ਵਸਿਆ ਹੋਇਆ ਨਾਮ ਸਵਾਸ ਬਾਹਰ ਆਵੇ ਤਾਂ ਵੀ ਨਾਮ ਸਵਾਸ ਅੰਦਰ ਜਾਵੇ ਤਾਂ ਵੀ ਨਾਮ ਇਹ ਨਿਸ ਬਣੀ ਪ੍ਰੇਮ ਲਿਵ ਲਾਗੀ ਪਰ ਇਹ ਜਮਾਤ ਹੈ ਬਹੁਤ ਅਗਾਂ ਦੀ ਸ਼ੁਰੂ ਵਿੱਚ ਕੋਈ ਸਵਾਸਾਂ ਨਾਲ ਨਾਮ ਨਾ ਜਪਣ ਲੱਗ ਪਏ ਜੇ ਪਹਿਲੀ ਨਾ ਪੜੇਗਾ ਆਖੇ ਮੈਂ ਦਸਵੀਂ ਪਾਸ ਕਰਨੀ ਹੈ ਅਨਹੋਣੀ ਗੱਲ ਹੈ ਐਵੇਂ ਖੱਪਣਾ ਹੀ ਹੈ ਪੜ੍ਹਾਈ ਕੋਈ ਨਹੀਂ ਤਾਂ ਬਾਬਾ ਜੀ ਆਖਦੇ ਸਨ ਉੱਚੀ ਜਪਣਾ ਉੱਚੀ ਉੱਚੀ ਜਪਣਾ ਇਹਦਾ ਫਲ ਤਾਂ ਥੋੜ੍ਹਾ ਹੈ ਪਰ ਇਹਦੇ ਪੜ੍ਹੇ ਬਿਨਾਂ ਅਗਲੀ ਪੜ੍ਹਾਈ ਆਉਂਦੀ ਨਹੀਂ ਇਤਨਾ ਉੱਚਾ ਜਪਣਾ ਵੀ ਆਪ ਜਪਣਾ ਅਤੇ ਆਪ ਸੁਣਨਾ ਇਹਦਾ ਫਲ ਥੋੜ੍ਹਾ ਪਰ ਜੇ ਆਵਾਜ਼ ਨਾ ਆਵੇ ਇਹ ਜਮਾਤ ਪਾਸ ਹੋ ਜਾਏ ਇਹ ਪੜ੍ਹਾਈ ਕੋਈ ਪੜ੍ਹ ਲਵੇ ਅਤੇ ਫਿਰ ਹੌਲੀ ਜਪੇ ਆਵਾਜ਼ ਨਾ ਨਿਕਲੇ ਜੀਭ ਹਿਲਦੀ ਹੋਵੇ ਬੁੱਲ ਫਰਕਦੇ ਹੋ ਫਿਰ ਜਪੇ ਇਹ ਜਪਿਆ ਵੀ ਆਪ ਸੁਣਾਂਗੇ ਇਹਨੂੰ ਕੋਈ ਸੁਣਨਾ ਚਾਹੇ ਤਾਂ ਸੁਣੇਗਾ ਕੌਣ ਸੁਣੇਗਾ ਇਹ ਬਾਹਰਲੇ ਕੰਨ ਨਹੀਂ ਕੰਨਾਂ ਵਿੱਚ ਦੀ ਜਿਹੜੀ ਸੁਰਤ ਹੈ ਉਹ ਸੁਣੇਗੀ ਇਸਦਾ ਫਲ ਦਸ ਗੁਣਾ ਵਧੀਕ ਉਸ ਉੱਚੀ ਜਪਣ ਨਾਲੋਂ ਇਹਦਾ ਫਲ ਦਸ ਗੁਣਾ ਜ਼ਿਆਦਾ ਹੈ
ਤੇ ਫਿਰ ਇਸ ਤੋਂ ਅਗਲੀ ਜਮਾਤ ਕਿ ਆਵਾਜ਼ ਨਹੀਂ ਨਿਕਲਦੀ, ਬੁੱਲ ਨਹੀਂ ਫਰਕਦੇ, ਜ਼ਬਾਨ ਹਿਲਦੀ ਹੈ, ਜਪ ਰਿਹਾ ਔਰ ਉਹਨੂੰ ਵੀ ਸੁਣ ਰਿਹਾ। ਇਹ ਸੁਣਨਾ ਜ਼ਰੂਰ ਹੈ, ਇਹ ਸੁਰਤ ਹੈ, ਇਹਦਾ ਫਲ ਸੌ ਗੁਣਾ ਜ਼ਿਆਦਾ। ਇੱਕ ਵਾਰ ਜਪੀਏ ਫਲ ਸੌ ਵਾਰ ਜਪਣ ਦਾ। ਤੇ ਫਿਰ ਇਸ ਤੋਂ ਅਗਲੀ ਜਮਾਤ ਹੈ, ਆਵਾਜ਼ ਵੀ ਨਹੀਂ ਨਿਕਲਦੀ, ਬੁੱਲ ਵੀ ਨਹੀਂ ਫਰਕਦੇ, ਜ਼ਬਾਨ ਵੀ ਨਹੀਂ ਹਿਲਦੀ, ਤੇ ਫਿਰ ਜਪ ਰਿਹਾ। ਹੁਣ ਕੌਣ ਜਪ ਰਿਹਾ? ਹੁਣ ਸੁਰਤ ਆਪ ਜਪ ਰਹੀ ਹੈ। ਇਹਦਾ ਫਲ ਹਜ਼ਾਰ ਗੁਣਾ ਜ਼ਿਆਦਾ। ਇਸ ਤੋਂ ਅਗਲੀ ਜਮਾਤ ਹੈ ਅਜੱਪਾ ਜਾਪ ਦੀ, ਦੋ ਅੱਖਰ ਸਵਾਸ ਦੇ ਨਾਲ ਬਾਹਰ ਸਵਾਸ ਤੇ ਆਉਂਦਿਆਂ ਤੇ ਦੋ ਅੱਖਰ ਸਵਾਸ ਦੇ ਅੰਦਰ ਜਾਂਦਿਆਂ। ਵਾਹੇ ਉਸ ਵੇਲੇ ਕਹਿਣੇ ਜਦੋਂ ਸਵਾਸ ਅੰਦਰ ਜਾਏ, ਗੁਰੂ ਉਸ ਵੇਲੇ ਕਹਿਣੇ ਜਿਸ ਵੇਲੇ ਸਵਾਸ ਬਾਹਰ ਆਵੇ। ਇਹ ਹੈ ਅਨਾਹਦ ਸ਼ਬਦ ਅਜੱਪਾ ਜਾਪ। ਜਾਪ ਸੋ ਅਜਪਾ ਜਾਪੈ, ਸਦਾ ਰਹੇ ਕੰਚਨ ਸੀ ਕਾਇਆ, ਕਾਲ ਨ ਕਬਹੂੰ ਵਿਆਪੈ। ਐ ਨਿਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਿਆ। ਇਹ ਪਿਆਲਾ ਪੂਰਾ, ਇਹ ਸੱਚ ਦਾ ਪਿਆਲਾ, ਇਹ ਕੌਣ ਬਖਸ਼ੇ, ਕੌਣ ਘੁੱਟ ਪਿਲਾਏ ਵੀ ਇਸ ਪ੍ਰੇਮ ਪਿਆਲੇ ਚੋਂ ਸਾਨੂੰ। ਭਾਈ ਸਾਹਿਬ ਨੰਦ ਲਾਲ ਬੇਨਤੀ ਕਰਦਨ, ਵਿਦੇ ਸਾਕੀ ਮਾਰਾ ਯਕ ਜਾਮ, ਉਹ ਮੇਰੇ ਸਾਕੀ ਇੱਕ ਜਾਮ, ਇੱਕ ਜਾਮ, ਇੱਕ ਘੁੱਟ, ਇੱਕ ਬੂੰਦ ਹੀ ਸਹੀ। ਕਿਸੇ ਹੋਰ ਨੂੰ ਪਿਲਾਉਂਦਾ ਉਵੇਂ ਬੂੰਦ ਡਿੱਗ ਪਵੇਗੀ, ਮੈਂ ਉਹੀ ਉਹ ਚੱਟ ਲਾਂਗਾ। ਤੇਰੇ ਕੁੱਤਿਆਂ ਨਾਲੋਂ ਨੀਵਾਂ ਨੰਦ ਲਾਲ ਸਦਵਾਵਾਂ, ਡਿੱਗੇ ਡੱਠੇ ਭੋਰੇ ਚੁਣ ਕੇ ਏਦਾਂ ਚੱਟ ਲੰਘਾਵਾਂ। ਵਧੇ ਸਾਕੀ ਮਰਾ ਯਕ ਜਾਮ, ਜਾਂ ਰੰਗੀਨੀਏ ਦਿਲ ਆ।
Thank you.
Oh, my God.